ਦਾ ਪ੍ਰੋਗਰਾਮ ਰੱਖਿਆ ਗਿਆ, ਲੋਕਾਂ ਨੂੰ ਕੀ ਅਪੀਲ ਕਰੋਗੇ? ਉਹਦੇ ਸੰਬੰਧ ਵਿੱਚ ਵੀ ਮੈਂ ਪਹਿਲਾਂ ਗੱਲ ਕਰਨੀ ਤਾਂ ਚਾਹੁੰਦੀ ਸੀ ਆਪਣੇ ਤੌਰ 'ਤੇ, ਅਤੇ ਹੁਣ ਵੀ ਮੇਰੀ ਸਾਰੇ ਛੋਟੇ ਨੂੰ ਪਿਆਰ ਕਰਨ ਵਾਲੇ, ਆਪਦੇ ਬੱਚੇ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਆਲ ਇੰਡੀਆ ਆਲ ਪੰਜਾਬ ਵਿੱਚ ਬੈਠੇ ਆ, ਉਹ ਆਪਣੇ ਆਪਣੇ ਸ਼ਹਿਰਾਂ 'ਚ ਅਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਕੈਂਡਲ ਮਾਰਚ ਕੱਢਣ, ਤਾਂ ਜੋ ਆਪਾਂ ਸ਼ੁਭ ਨੂੰ ਸ਼ਾਂਤੀਪੂਰਵਕ ਕੈਂਡਲ ਮਾਰਚ ਕੱਢਣ, ਤਾਂ ਜੋ ਆਪਾਂ ਸ਼ੁਭ ਨੂੰ ਇਨਸਾਫ ਦੇ। ਤਹਿਸੀਲ ਪੱਧਰੀ ਪੈਨਸ਼ਨ ਅਤੇ ਹੋਰ ਸੁਵਿਧਾਵਾਂ ਦਾ ਕੈਂਪ ਲਾਇਆ ਗਿਆ, ਇਹੋ ਜਿਹੇ ਕੈਂਪ ਪਹਿਲਾਂ ਵੀ ਲੱਗਦੇ ਸੀ ਕਾਂਗਰਸ ਦੀ ਸਰਕਾਰ ਵਾਲੇ, ਪਰ ਹੁਣ ਕੀ ਨਵਾਂ ਫਰਕ ਆਏਗਾ? ਬਹੁਤ ਵਧੀਆ ਉਪਰਾਲਾ ਹੈ, ਜਿਹੜੇ ਵਿਚਾਰੇ ਬਜ਼ੁਰਗ ਲੋਕ ਨੇ ਉਹ ਨਹੀਂ ਜਾ ਸਕਦੇ, ਉਹਨਾਂ ਦੀ ਭਕਾਈ ਬਚਦੀ ਹੈ ਕਿ ਇੱਥੇ ਕੰਮ ਚੱਲ ਜਾਂਦੇ ਹੁੰਦੇ ਆ। ਪਹਿਲਾਂ ਵੀ ਅਸੀਂ ਵੈਸੇ ਦੋ ਕੈਂਪ ਲਗਾ ਚੁੱਕੇ, ਕਾਫੀ ਪੈਨਸ਼ਨਾਂ ਲੱਗ ਗਈਆਂ, ਪਹਿਲਾਂ 55-52 ਦੇ ਕਰੀਬ ਪਹਿਲਾਂ ਲੱਗੀਆਂ ਸੀ, 100 ਦੇ ਕਰੀਬ ਫਿਰ ਲੱਗੀਆਂ ਹੋਈਆਂ, ਅਤੇ ਅੱਜ ਬਹੁਤ ਵਧੀਆ ਉਪਰਾਲਾ ਹੁੰਦਾ, ਲੋਕਾਂ ਦੀ ਖੱਜਲਖੁਆਰੀ ਤੋਂ ਬਚਦੇ ਆ। ਲੋਕਾਂ ਨੂੰ ਕੀ ਅਪੀਲ ਕਰੋਗੇ? ਉਹਦੇ ਸੰਬੰਧ ਵਿੱਚ ਵੀ ਮੈਂ ਪਹਿਲਾਂ ਗੱਲ ਕਰਨੀ ਤਾਂ ਚਾਹੁੰਦੀ ਸੀ ਆਪਣੇ ਤੌਰ 'ਤੇ, ਅਤੇ ਹੁਣ ਵੀ ਮੇਰੀ ਸਾਰੇ ਛੋਟੇ ਨੂੰ ਪਿਆਰ ਕਰਨ ਵਾਲੇ, ਆਪਦੇ ਬੱਚੇ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਆਲ ਇੰਡੀਆ ਆਲ ਪੰਜਾਬ ਵਿੱਚ ਬੈਠੇ ਆ, ਉਹ ਆਪਣੇ ਆਪਣੇ ਸ਼ਹਿਰਾਂ 'ਚ ਅਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਕੈਂਡਲ ਮਾਰਚ ਕੱਢਣ, ਤਾਂ ਜੋ ਆਪਾਂ ਸ਼ੁਭ ਨੂੰ ਸ਼ਾਂਤੀਪੂਰਵਕ ਕੈਂਡਲ ਮਾਰਚ ਕੱਢਣ, ਤਾਂ ਜੋ ਆਪਾਂ ਸ਼ੁਭ ਨੂੰ ਇਨਸਾਫ ਦੇ। ਤਹਿਸੀਲ ਪੱਧਰੀ ਪੈਨਸ਼ਨ ਅਤੇ ਹੋਰ ਸੁਵਿਧਾਵਾਂ ਦਾ ਕੈਂਪ ਲਾਇਆ ਗਿਆ, ਇਹੋ ਜਿਹੇ ਕੈਂਪ ਪਹਿਲਾਂ ਵੀ ਲੱਗਦੇ ਸੀ ਕਾਂਗਰਸ ਦੀ ਸਰਕਾਰ ਵਾਲੇ, ਪਰ ਹੁਣ ਕੀ ਨਵਾਂ ਫਰਕ ਆਏਗਾ? ਬਹੁਤ ਵਧੀਆ ਉਪਰਾਲਾ ਹੈ, ਜਿਹੜੇ ਵਿਚਾਰੇ ਬਜ਼ੁਰਗ ਲੋਕ ਨੇ ਉਹ ਨਹੀਂ ਜਾ ਸਕਦੇ, ਉਹਨਾਂ ਦੀ ਭਕਾਈ ਬਚਦੀ ਹੈ ਕਿ ਇੱਥੇ ਕੰਮ ਚੱਲ ਜਾਂਦੇ ਹੁੰਦੇ ਆ। ਪਹਿਲਾਂ ਵੀ ਅਸੀਂ ਵੈਸੇ ਦੋ ਕੈਂਪ ਲਗਾ ਚੁੱਕੇ, ਕਾਫੀ ਪੈਨਸ਼ਨਾਂ ਲੱਗ ਗਈਆਂ, ਪਹਿਲਾਂ 55-52 ਦੇ ਕਰੀਬ ਪਹਿਲਾਂ ਲੱਗੀਆਂ ਸੀ, 100 ਦੇ ਕਰੀਬ ਫਿਰ ਲੱਗੀਆਂ ਹੋਈਆਂ, ਅਤੇ ਅੱਜ ਬਹੁਤ ਵਧੀਆ ਉਪਰਾਲਾ ਹੁੰਦਾ, ਲੋਕਾਂ ਦੀ ਖੱਜਲਖੁਆਰੀ ਤੋਂ ਬਚਦੇ ਆ। ਲੋਕਾਂ ਨੂੰ ਕੀ ਅਪੀਲ ਕਰੋਗੇ? ਉਹਦੇ ਸੰਬੰਧ ਵਿੱਚ ਵੀ ਮੈਂ ਪਹਿਲਾਂ ਗੱਲ ਕਰਨੀ ਤਾਂ ਚਾਹੁੰਦੀ ਸੀ ਆਪਣੇ ਤੌਰ 'ਤੇ, ਅਤੇ ਹੁਣ ਵੀ ਮੇਰੀ ਸਾਰੇ ਛੋਟੇ ਨੂੰ ਪਿਆਰ ਕਰਨ ਵਾਲੇ, ਆਪਦੇ ਬੱਚੇ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਆਲ ਇੰਡੀਆ ਆਲ ਪੰਜਾਬ ਵਿੱਚ ਬੈਠੇ ਆ, ਉਹ ਆਪਣੇ ਆਪਣੇ ਸ਼ਹਿਰਾਂ 'ਚ ਅਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਕੈਂਡਲ ਮਾਰਚ ਕੱਢਣ, ਤਾਂ ਜੋ ਆਪਾਂ ਸ਼ੁਭ ਨੂੰ ਸ਼ਾਂਤੀਪੂਰਵਕ ਕੈਂਡਲ ਮਾਰਚ ਕੱਢਣ, ਤਾਂ ਜੋ ਆਪਾਂ ਸ਼ੁਭ ਨੂੰ ਇਨਸਾਫ ਦੇ। ਤਹਿਸੀਲ ਪੱਧਰੀ ਪੈਨਸ਼ਨ ਅਤੇ ਹੋਰ ਸੁਵਿਧਾਵਾਂ ਦਾ ਕੈਂਪ ਲਾਇਆ ਗਿਆ, ਇਹੋ ਜਿਹੇ ਕੈਂਪ ਪਹਿਲਾਂ ਵੀ ਲੱਗਦੇ ਸੀ ਕਾਂਗਰਸ ਦੀ ਸਰਕਾਰ ਵਾਲੇ, ਪਰ ਹੁਣ ਕੀ ਨਵਾਂ ਫਰਕ ਆਏਗਾ? ਬਹੁਤ ਵਧੀਆ ਉਪਰਾਲਾ ਹੈ, ਜਿਹੜੇ ਵਿਚਾਰੇ ਬਜ਼ੁਰਗ ਲੋਕ ਨੇ ਉਹ ਨਹੀਂ ਜਾ ਸਕਦੇ, ਉਹਨਾਂ ਦੀ ਭਕਾਈ ਬਚਦੀ ਹੈ ਕਿ ਇੱਥੇ ਕੰਮ ਚੱਲ ਜਾਂਦੇ ਹੁੰਦੇ ਆ। ਪਹਿਲਾਂ ਵੀ ਅਸੀਂ ਵੈਸੇ ਦੋ ਕੈਂਪ ਲਗਾ ਚੁੱਕੇ, ਕਾਫੀ ਪੈਨਸ਼ਨਾਂ ਲੱਗ ਗਈਆਂ, ਪਹਿਲਾਂ 55-52 ਦੇ ਕਰੀਬ ਪਹਿਲਾਂ ਲੱਗੀਆਂ ਸੀ, 100 ਦੇ ਕਰੀਬ ਫਿਰ ਲੱਗੀਆਂ ਹੋਈਆਂ, ਅਤੇ ਅੱਜ ਬਹੁਤ ਵਧੀਆ ਉਪਰਾਲਾ ਹੁੰਦਾ, ਲੋਕਾਂ ਦੀ ਖੱਜਲਖੁਆਰੀ ਤੋਂ ਬਚਦੇ ਆ।